ਉਹ ਮੰਤਰੀ ਸਾਹਿਬ ਤਾਂ ਮੈਨੂੰ ਆਪ ਕਹਿੰਦੇ ਸੀਗੇ ਵੀ ਇਸ ਵਾਰ ਵੋਟਾਂ 'ਚ ਤੂੰ ਖੜਾ ਹੋ ਜਾ, ਉਹ ਮੇਰਾ ਪੰਚਰ ਵਾਲੀ ਦੁਕਾਨ ਦਾ ਔਖਾ, ਨਹੀਂ ਤਾਂ ਮੰਤਰੀ ਮੈਂ ਹੀ ਹੋਣਾ ਸੀਗਾ। ਮੈਂ 11 ਵਜੇ ਪਹੁੰਚੂ, ਮੈਨੂੰ ਵੀ ਚੰਡੀਗੜ੍ਹ ਕੰਮ ਆ ਯਾਰ, 17 ਸੈਕਟਰ 'ਚ ਕੋਠੀ ਲੈਣੀ ਆਪਾਂ 2 ਕਿੱਲਿਆਂ ਦੀ। ਕਰੋੜਾਂ ਰੁਪਈਆ ਪਿਆ ਬੈਂਕ 'ਚ, ਹੁਣ 2 ਦਿਨ ਛੁੱਟੀਆਂ ਨੇਗੀਆਂ ਬੈਂਕ 'ਚ, ਸੋਮਵਾਰ ਨੂੰ ਪੈਸੇ ਹੀ ਪੈਸੇ ਆ ਜਾਣਗੇ। ਮੇਰੀ ਘਰ ਵਾਲੀ ਭਾਈ ਰਫਾਨੇ ਮੈਥੋਂ ਦਬਾਉਂਦੀ ਆ ਬਾਈ ਯਾਰ, ਪੋਚੇ ਮੈਥੋਂ ਲਵਾਉਂਦੀ ਆ ਬਾਈ, ਇੱਥੋਂ ਤੱਕ ਆਪਦੇ ਜ਼ੂਟ ਮਿੱਤਰ ਮਿੱਤਰ ਮੈਥੋਂ ਦਬਾਉਂਦੀ ਆ ਬਾਈ ਯਾਰ। ਉਹ ਬਾਈ ਪੈ ਜਾਓ ਯਾਰ, ਅਸੀਂ ਵੀ ਪੈਣਾ ਯਾਰ, ਅਸੀਂ ਵੀ ਰੈਸਟ ਕਰਨੀ ਆ। ਤੁਹਾਨੂੰ ਦੇਖਿਆ ਓਦਾਂ ਦਾ ਹੀ ਵਿਆਹ ਕਰਾਉਣ ਨੂੰ ਫਿਰਦੇ, ਪਰ ਹਾਂ ਹੀ ਤੁਸੀਂ ਅੱਜ ਕਹੀ ਇਹ ਆ। ਸਰਪੰਚ ਸਾਹਿਬ ਆਪ ਚ ਰਲੇ ਹੋਏ ਨੇ ਜੀ, ਤੁਹਾਨੂੰ ਮੇਰਾ ਘਰ ਪੱਟਣ ਨੂੰ ਤਿਆਰ ਨੇ ਸਰਪੰਚ ਸਾਹਿਬ। ਝੂਠ ਬੋਲੀ ਜਾਣਾ, ਤੇਰਾ ਵਿਆਹ ਨਹੀਂ ਹੋਇਆ। ਬੰਦੇ ਭੇਜੇ ਤੀ, 11 ਬੰਦੇ ਪਹੁੰਚ ਗਏ ਉੱਥੇ, ਬਾਕੀ ਉਹ ਤੁਹਾਡਾ ਮੁੰਡਾ ਭੇਜ ਦਾਂਗੇ ਜੀ, ਤੁਸੀਂ ਟੈਨਸ਼ਨ ਨਾ ਲਓ, ਦੁਕਾਨ ਤੇ ਆ ਕੇ ਮਿਲ ਲਿਓ ਮੈਨੂੰ। ਹੈ ਤੂੰ ਕਿਹਦੇ ਨਾਲ ਵਿਆਹ ਕਰਾਉਣਾ ਹੈ? ਮੈਂ ਜਿਹੜੀ ਭੀਰੋ ਨੀ, ਉਹਦੇ ਮਾਮੇ ਦੀ ਕੁੜੀ ਨੇ। ਉਹ ਤੂੰ ਵੀ ਉਸੇ ਨਾਲ ਕਰਾਉਣਾ ਹੈ? ਹਾਂ, ਤੂੰ ਵੀ ਉਸੇ ਨਾਲ ਹੀ। ਹਾਂ।